صلواتك عليه وعلى آبائه في هذه الصلاة وفي كل صلاة من ساتر والنهار وليا وحافظا وقائدا وناصرا ودليلا وعينا حتى تسكنه ورزقا طوال وتمتعه فيها طويلا يا رب محمد وعلى محمد وعجل فرج آل محمد رب اشرح لي صدري ويسر لي امري واحلل عقدة من لساني يفقهوا قولي يا كاشف الكرب عن وجه الحسين علیہ السلام اکشف قلبی وکربل مومنین بحق عقیق الحسین علیہ السلام یا بل فضل العباس جباب الحوائج یا حجاب امال مسائل بدلکم ولا تحلکنی فی سبیل اللہ اللہم صلی اللہ دنیا زبانوں میں معطر پر مال خاندان تو تحیر دی ذات تے سال ہو سکتا صلوات ایک ایسی عبادت ہے جس جلا شریک کی شریک ہوں گے سارے مل کے بابا زبان سے نعرہ تکبیر نعرہ رسالت نعرہ ولایت حسینیت یزیدیت اہل بیت علیہ السلام دے دشمن تلانا پاک مختوم دے قاتلان تلانا کن فض ملاؤں تلانا سارے مل کے یا زباؤں کے ہاتھ بلند کر کے کل ایمان نعرہ ہے یہ سیدہ آبا غازِ بلند صلوات اجازت ہے میں جوٹی دعویٰ ماشاء اللہ لا حول ولا قوة الا باللہ العلی العظیم بسم اللہ الرحمن الرحیم الحمدللہ والسلام على سيد الرب والعجام مكي المدني قال في شانه وما أرسلناك إلا رحمة للعالمين خلیفتی وابن امی ووارث علمی علم الاولین والآخرین یا شرب الدین امیر المؤمنین
على سيدة الجليلات المخدومات مرمومة المهرمة سيدة النساء ثم الصلاة والسلام على حسان المعصوم المسموم ਜਿਹੜਾ ਮੁਕਾਣੀ ਬਣਾਇਆ ਉਸ ਬੰਦੇ ਨਾਲ ਮੇਰੀ ਗੱਲ ਸਵਾਲ ਕਰੋ ਬਾਜੀ ਮਸਮੂਮ ਕਿੰਨਾ ਦੇ ਮਿੱਟੀਆਂ ਤਬਹਿ ਕਰੋ ਮਨਾ ਲਿਓ ਮਸਮੂਮ ਉਹਨਾਂ ਦੇ ਨਜ਼ਰ ਨਾਮੇ ਦੀ ਉਮਰ ਲਹਿਰ ਨਾਲ ਟੋਲੇ ਦੁਨੀਆਂ ਵੇਖੇ ਕੰਮ ਵਿੱਚ ਇੱਕ ਵਾਰ ਨਹੀਂ ਦੋ ਵਾਰ ਨਹੀਂ ਜਿੰਨਾ ਨੇ ਦੀ ਉਮਤ ਨਾ ਹਜ਼ਰਦਾਰ ਅੱਲਾ ਦੇ ਨਬੀ ਦੀ ਜ਼ਿੰਦਗੀ ਗੁਜ਼ਰੀ ਹਸਨ ਦਾ ਮੂੰਹ ਚੁੰਮਦੇ ਆਏ ਹੁਸੈਨ ਦੀ ਗਰਦਨ ਹਸਨ ਦਾ ਮੂੰਹ ਚੁੰਮ ਕੇ ਦੇ ਆਏ ਮੇਰਾ ਹਸਨ ਵੀਰੇ ਸਿਰਫ ਗਰੀਬ ਨਹੀਂ ਬਾਬਾ ਜੀ ਸਿਰਫ ਗਰੀਬ ਨਹੀਂ ਮਕਤੂਲ ਮਜਬੂਏ ਮਿਨਲ ਕਫਾ ਫਿਲ ਅਰਜ਼ ਕਰਬਲਾ ਯਾਮੇ ਆਸ਼ੂਰਾ ਜਿਸ ਗਰੀਬ ਨੂੰ ਖੁੰਡੇ ਖੰਜਰ ਨਾਲ ਪਸ ਗਰਦਨ ਤੁਹਾਡੀ ਮੁਹੱਬਤ ਬਣ ਗਈ ਬਾਬਾ ਜੀ ਤੁਹਾਡੀ ਮੁਹੱਬਤ ਵੇਖ ਕੇ ਹੋਰ ਵੇਖ ਇੱਕ ਹੱਤਰ ਜਨਾ ਦੇ ਦਾ ਜ਼ਖਮੀ ਵਾਰਸ ਜਦੋਂ ਕੱਲਾ ਰਹਿ ਗਈ ਹੈ ਸਦਾ ਹੀ ਅਕਬਰ ਦੀ ਲਾਸ਼ ਹੈ ਕੈਂਪਸ ਗਾਜ਼ੀ ਦੀ ਲਾਸ਼ ਹੈ ਕੈਂਪਸ ਕਾਸਮ ਦੇ ਟੁਕੜੇ ਆਏ ਸਦਾ ਦਰ ਟੁਰਦਾ ਟੁਰਦਾ ਬਹਿਣ ਦੇ ਖੈਮੇ ਦੇ ਬੂਹੇ ਤੇ ਆਏ ਜਿਹੜਾ ਬੂਹੇ ਤੇ ਆ ਕੇ ਗਰੀਬ ਆਖਰੀ ਸਲਾਮ ਕੀਤੇ ਅੱਲਾ ਦੀ ਕਾਲਾ ਇੰਦਾ ਵਕਤ ਵਿਦਾ ਜਾਣੇ ਅਮੀਰ ਬੰਦਾ ਜਿਹਦੀ ਹਾਇ ਨਹੀਂ ਨਿਕਲਦੀ ਮਿਨਲ ਖਿਆਮ ਅੱਲਾ ਤੇਰੀਆਂ ਧੀਆਂ ਦੇ ਗੁਰ ਕੇ ਸਲਾਮਤ ਰੱਖੇ ਜਿਹੜਾ ਗਾਜ਼ੀ ਨਾ ਹੱਕ ਲੰਦੇ ਦਾ ਅੱਜ ਬਹਿਣਾ ਵਾਲਾ ਸੁਣਿਆ ਲੈ ਵਈਆ ਉਮਾ ਕੁਲ ਸੋਮ ਵਈਆ ਸਕੀਨਾ ਤੋ ਅਲੈ ਕੁਨਾ ਮਿੰਨੀ ਸਲਾਮ ਲੋਕਿਆਂ ਦਾ ਮੇਰਾ ਆਖਰੀ ਸਲਾਮ ਆਉਂਦਾ ਮਾਲਿਕ ਦੀ ਹਾਇ ਕਬੂਲ ਕਰ ਲੋ ਅੱਲਾ ਜਾਨੇ ਕਹਿੰ
ਡੰਗਰੀ ਭੋਕੇ ਦਿੰਦਾ ਰਿਹਾ ਵਿਦੇ ਕਰਦਾ ਰਿਹਾ ਉਹਨਾਂ ਭੇਣਾਂ ਨੂੰ ਪਤਾ ਹੈ ਜਿਹਨਾਂ ਦਾ ਰਿਹਾ ਕੋਈ ਨਹੀਂ ਅੱਲਾ ਮਾਨ ਸ਼ਾਲਾ ਤੇਰੀਆਂ ਧੀਆਂ ਦੇ ਮੁਰਗੇ ਸਲਾਮਤ ਰਹਿਣ ਬੜੀ ਸੋਹਣੀ ਬਾਜ ਜੀ ਹੈ ਸਾਡੀ ਮੁਹੱਬਤ ਬਣ ਗਈ ਚਲੋ ਇੱਕ ਜੁਮਲਾ ਮੈਂ ਹੋਰ ਵਧਾਇਨਾ ਅਜ਼ਾਦਾਰ ਕੋਈ ਅਮੀਰ ਤੁਰਦਾ ਹੈ ਧੀਆ ਗਰੀਬ ਤੁਰਦਾ ਹੈ ਉਹਦਾ ਵਾਰਿਸ ਲਾਜ਼ਮੀ ਆਉਂਦੇ ਕਿਸੇ ਦਾ ਪੁੱਤਰ ਵਾਰਿਸ ਕਿਸੇ ਦਾ ਭੇਰਾ ਵਾਰਿਸ ਗਰੀਬ ਜੋ ਤੁਰਿਆ ਹੈ ਕੋਈ ਗਰੀਬ ਦਾ ਵਾਰਿਸ ਹੀ ਆਈ ਹੈ ਕੋਈ ਨਾ ਚੁੱਕਣਾ ਲਿਓ ਜੇ ਵਾਰਿਸ ਆਈ ਤਾਂ ਕਿਹੜੇ ਰੰਗ ਚਾਈ ਅੱਲਾ ਲੀ ਆਪੇ ਦੇ ਮਰੀਨਾ ਚੰਨਾ ਦੁਨੀਆਂ ਦੇ ਕਿਹੜੇ ਨਾਮ ਹੈ ਜਿਹੜਾ ਮਾਤਮੀ ਉਹ ਰਸੀ ਨੇ ਤੇ ਹੱਥ ਜ਼ਰੂਰ ਹੋ ਸੀ ਜੇ ਦਾਵਿਦ ਬਿਮਾਰ ਆਈ ਵਾਬਾ ਕਿਹੜੋ ਸਲਾਮਤ ਰੱਖੇ ਯਾਰ ਸ਼ਾਲਾ ਦੁਨੀਆਂ ਦੇ ਕਹਿ ਗਾਮ ਵਿੱਚ ਨਾ ਰੋਵੇ ਸ਼ਾਲਾ ਦੁਨੀਆਂ ਦੇ ਕਹਿ ਗਾਮ ਵਿੱਚ ਇਹਦੀ ਹਾਕ ਬਣਦਾ ਹੈ ਸ਼ਰੀਫਾਂ ਨੂੰ ਰੋਵਣ ਦਾ ਵਾ ਹਰਾਮ ਹੋ ਅਸੀਰਾ ਇਲਾਲ ਕੋ ਫਤਿਹ ਵਸ਼ਾ ਸਯਦਾ ਦੇ ਜਦਾ ਜ਼ਰਾਬ ਚਲੈਨੇ ਤੇਰਾ ਹੱਥ ਕਿਉਂ ਕਮਲੇ ਗਰੀਬ ਸਜਦੇ ਚੁਗਰਦਨ ਫੇਰੀ ਕਮੀਨੇ ਦੇ ਮੁਖਾਤਿਬ ਹੋਏ ਤੇ ਦੇਖ ਕੇ ਫੇਫਰ ਮੈਂ ਕਰ ਜਦਾ ਦਰਿਆਬ ਚਲਦਾ ਹੱਥ ਕਿਉਂ ਕਮਦੇ ਤੇ ਮੰਗਾ ਕੌਣ ਰਹੀ ਘਬਰਾ ਨਹੀਂ ਬੋਲਾ ਫਿਰ ਮੈਂ ਗਰ ਜੇ ਦਾਦਾ ਰਹਾ ਵੀ ਓ ਕੁਛ ਵੀ ਆਏ ਵਾ ਬਲਣਾ ਅੱਬਾਸ ਸੱਲਾ ਜਵਾਨੀ ਮਾਣ ਵਾਲੀ ਦੀਆਂ ਦੀਆਂ ਰਾਜੀਆਂ ਨੇ ਤੇ ਗਰੀਬ ਦੇ ਵਹਿਣ ਵਧੇ ਤੇ ਬੇਗੈਰਾਂ ਦੇ ਪਾਸ ਦੇ ਕੇ ਪੈ ਦੇਣ ਸੰਜਾ ਜ਼ਿੰਦਗੀ ਦਾ ਪਹਿਲਾ ਮੌਕਾ ਵਿਦਿਆਰਥਾਂ ਦਾ ਸ਼ਰਫ ਨਸੀਬ ਹੋ ਗਿਆ ਗੱਲ ਤੋਂ ਸਵਾਲ ਤੋਂ ਮੈਂ ਗੁਰਬਤੀ ਬਨਾਵਟ ਮੈਂ ਨਹੀਂ ਆਉਂਦੀ ਚਲੋ ਜਿਹਨਾਂ ਨੂੰ ਸਮਝ ਨਹੀਂ ਆਈ ਇੱਕ ਸਵਾਲ ਹੋਰ ਕਰਦਾ ਮੈਨੂੰ ਦੱਸੋ ਘਰ ਚ ਫੇਰਾ ਦਮਈਅਤ ਹੋਵੇ ਕਦੀ ਸੁਣਿਆ ਨੇ ਬਹਿਣ ਦੇ ਹੱਥ ਰੋਜ ਗਏ ਬਾਹਰ ਬਹਿ ਕੇ ਘਰ ਬਹਿ ਕੇ ਇਤਰਾਜ਼ ਕਰਨਾ ਸੁੱਖ ਬੰਦੇ ਇਤਰਾਜ਼ ਕਰ ਲੈਂਦੇ ਨਾ ਮੇਰਾ ਮੁਸਲਮਾਨ ਭਾਈ ਵੇਖ ਤਾਂ ਸਹੀ ਇੱਕ ਦੋ ਨਹੀਂ 72 ਦੇ ਕਫਨ ਜਨਾਜ਼ਾ ਹੀ ਪਿਆਲੀ ਵਿਧੀ ਨੂੰ ਲੁੱਟ ਪੈ ਗਈ ਇੱਕ ਦੋ ਨਹੀਂ ਤ੍ਰੈ ਨਹੀਂ ਨੌ ਬੇਰਾਵਾਂ ਦੀਆਂ ਬੇਕਫਨ ਲਾਸ਼ਾਂ ਹੈ ਤੇ ਅਲੀ ਦੀ ਵਿਧੀ ਦੇ ਹੱਥ ਟੁੱਟ ਗਏ ਤਵੱਜੋ ਹੋ ਗਈ ਮਕਸਦ ਹੈ ਪੈਗਾਮ ਪਹੁੰਚਾਉਣਾ
ਰੱਬੇ ਨੇ ਬੰਦਾ ਕੂਕਾ ਮਾਰ ਕੇ ਰੋ ਲਵੇ, ਗਰੀਬਾਂ ਦੀ ਗੁਰਬਤ ਸਮਝੇ, ਜੋ ਇਤਨੇ ਜੋ ਵਸ ਗਿਆ ਇਹਨੂੰ ਉਜੜ ਕਿਵੇਂ ਗਿਆ। ਬਹੁਤ ਕਰੀਬ ਤੋਂ ਜੁਮਲੇ ਜਿਹੜੀ ਸਭੀ ਗਰੀਬ ਦੀ ਬਰਾਮਦ ਹੋਣੀ ਹੈ ਨਾ, ਇਹਦੇ ਨਾਲ ਬਤੂਲ ਦੇ ਚੰਦ ਵੱਧ ਹੈ। ਕਿਆਮਤ ਤੱਕ ਜ਼ਰਬਾਂ ਮੇਰੀਆਂ ਪੜੀਆਂ ਜਾ ਸਨ, ਸਭੀ ਤੇਰੀ ਬਰਾਮਦ। ਸਾਹਿਬ ਰਿਆਜ਼ ਉਲ ਕੁਦਸ ਨੇ ਲਿਖੇ, ਸਭੀ ਨੂੰ ਤ੍ਰੈ ਐਸੀਆਂ ਅਜ਼ਮਤ ਮਿਲੀਆਂ ਜਿਹਦੇ ਵਾਸਤੇ ਲੋਕ ਹਸਰਤ ਕਰਦੇ ਤੁਰ ਗਏ, ਅੰਬੀਆ ਹਸਰਤ ਕਰਦੇ ਤੁਰ ਗਏ, ਔਸੀਆ ਹਸਰਤ ਕਰਦੇ ਤੁਰ ਗਏ, ਔਲੀਆ ਹਸਰਤ ਕਰਦੇ ਤੁਰ ਗਏ। ਉਹ ਮੁਕਾਮ ਸਨ ਹੀ ਮਿਲਣ ਜਿਹੜੇ ਗਰੀਬ ਦੇ ਸਰਾਵਾਰ ਨੂੰ ਪਹਿਲਾ ਮੁਕਾਮ। ਇਹ ਮੇਰੇ ਮੁਰਸ਼ਦ ਹੁਸੈਨ ਦਾ ਨਾਸਰ ਹੈ, ਇਹਨਾਂ ਨੂੰ ਸਮਝ ਨਹੀਂ ਆਈ। ਮਦਦਗਾਰ ਹੈ ਹੁਸੈਨ ਬਾਦਸ਼ਾਹ ਦਾ, ਅਤੇ ਜਿਹਨਾਂ ਜਵਾਨਾਂ ਮਾਤਮ ਕਰਨੇ ਸਰ ਚਲਿਆ ਹੈ, ਮੈਂ ਸਮਝਾ ਕੇ ਦੱਸਾਂ ਕਿਵੇਂ ਮਦਦਗਾਰ। 9 ਲੱਖ ਇਨਸਾਨ ਹੋ ਕੇ ਮੁਸਲਮਾਨ ਹੋ ਕੇ ਬਤੂਲ ਦੇ ਪੁੱਤਰ ਨੂੰ ਮਾਰਦੇ ਰਹੇ, ਇਹ ਹੈਵਾਨ ਹੋ ਕੇ ਇਕੱਲਾ ਜ਼ਹਰਾ ਦੇ ਚੰਦ ਨੂੰ ਬਚਾਉਂਦਾ ਰਹੇ। ਅੱਲਾਹ ਬੜਾ ਮੁਕਾਮ ਵਿੱਚ ਮਾਲਕ ਜਿਹਦਾ ਪਤਾ ਲੱਗੇ ਸੀ ਨਾ, ਮੇਰੀ ਜ਼ੀਨ ਤੁਰਾ ਬਾਰ ਲੈ ਗਈ ਹੈ, ਪਲਟ ਕੇ ਆਏ ਤੇ ਕਦਮਾਂ ਤੇ ਮੱਥ ਮਾਰ ਕੇ ਤੇ ਜ਼ਹਰਾ ਦੇ ਚੰਨ ਮਹਿੰਦੀ ਗਲਤੀ ਤੁਲਤ ਨਹੀਂ ਆ ਆਪਣੀ ਮਰਜ਼ੀ ਨਾਲ, ਸੈਯਦਾ ਦੇ ਮੁਰਤ ਜੀ ਦੇ ਨਾਮ ਤੇਰੀ ਗਲਤੀ ਤੋਂ ਨਾ ਆਪਣੀ ਮਰਜ਼ੀ ਤੋਂ, ਮੈਂ ਅਕਬਰ ਦੇ ਕਾਤਲਾ ਔਖ ਲੈ ਮੇਰੀ ਜ਼ੀਨ ਤਸਵਾਰ ਉਹਨਾਂ ਮੈਂ ਤਨ ਹਸਨ ਦੀ ਖਬਰ ਲੈ ਬੈਠਾ, ਸਈਦ ਅਦਰ ਕੀ ਕਰ ਪਏ ਉਹ ਮੇਰਾ ਹਸਨ ਕਰਬਲਾ। ਅਗਲਾ ਕੋਈ ਇਹਦਾ ਵੈਨ ਕੀ ਤਿਸ ਕਰਬਲਾ ਦੀ ਨਗਰੀ ਹੱਲੀ, ਇਹ ਕਿਆ ਦਰ ਮੇਰੀ ਜ਼ੀਨ ਤੇ ਚੜਾ ਔਲਾਦ ਦੁਖੀ ਹੋਵੇ ਤੇ ਦਰਦ ਮਾਵਾਂ ਦੱਸਦੀ ਹੈ, ਮੈਂ ਤਨ ਮਾਂ ਦੀ ਖਬਰ ਲੈ ਬੈਠਾ, ਗਰੀਬ ਠੰਡਾ ਸਾਹ ਭਰ ਕੇ ਆ ਦੇ ਕਿਉਂ, ਮੈਂ ਕੀ ਕਰਨਾ ਬਕੀਏ ਜਾ ਕੇ, ਮੇਰੀ ਮਾਂ ਤਾਂ ਰਤੋ ਕੀ ਕਰਬਲਾ ਆ ਗਈ, ਮੇਰੇ ਸਜਦੇ ਵਾਲੀ ਜਾ ਮਾਲਾ ਨਾਲ ਦੇਖਿਆ ਦੇ ਵੱਧ ਮੈਂ ਡਿਜ਼ੀਨ ਤੇ ਚੜਾ ਨਾ, ਤੇਰੀਆਂ ਖੈਮੇ ਤੇ ਤ੍ਰੈ ਬਹਿਣਾ ਖੜੀਆਂ, ਤਿੰਨ ਬਹਿਣਾ ਕੋਲ ਲਏ ਸੈਯਦ ਆਦੇ, ਜੇ ਇਹਸਾਨ ਕਰਨੀ ਤਾਂ ਵੱਧ ਮਿਹਨਤ ਲਾ, ਨਾ ਬਹਿਣਾ ਕੋਲ ਨਾ ਨਾਨੇ ਕੋਲ ਨਾ ਬਾਬੇ ਕੋਲ ਨਾ ਹਸਨ ਭਰਾ ਕੋਲ ਨਾ ਅੰਮਾ ਕੋਲ, ਮਿਹਨਤ ਲਾ, ਮੈਂ ਤੇਰੀ ਜ਼ੀਨ ਤੇ ਚੜਦਾ, ਮੈਨੂੰ ਮਾਸ਼ਾਲਾ ਦੇ ਦੀ ਕਬਰ, ਮੈਨੂੰ ਮਾਸ਼ਾਲਾ ਦੇ ਦੀ ਲਾਸ਼ ਤੇ ਲੈ ਵੰਜ, ਮੈਂ ਕੋਈ ਅਕਬਰ ਨੇ ਦੀਆਂ ਕਣ ਪਾ ਲਏ। ਬਚਪਨ ਆਈ ਮਹਿੰਦਾ ਹੀ ਬਚਪਨ ਆਈ, ਤੂੰ ਮੇਰੀ ਜ਼ੀਨ ਤੇ ਸਵਾਰ ਹੋਇਆ, ਮਦੀਨੇ ਦਾ ਸਵਾਰ ਆਈ, ਤੇਰਾ ਨਾਨਾ ਮੇਰੀ ਬਾਗ ਘਰ ਗਿਆ, ਤੇਰੀ ਮਾਂ ਤੇ ਤਹੀਰ ਵਾਲੀ ਚਾਦਰ ਵਿੱਚ ਬਣ ਜਾਓ ਖਵਾਏ ਤਾਂ ਜੋ ਖਵਾ ਰਹੀ ਹੈ, ਮੈਨੂੰ ਦੇਖ ਕੇ ਦੇ ਮੁਰਦ ਨੂੰ ਮੇਰੀ ਚਾਦਰ ਦੀ ਗੱਜ ਰੱਖੀ, ਮੇਰੇ ਹੁਸੈਨ ਨੂੰ ਕੱਲਿਆਂ ਨਾ ਛੋੜੀ, ਮਤਲਬ ਮੈਂ ਰੱਖਣੀ ਹੈ ਚਾਦਰ ਦੀ ਗੱਜ, ਸ਼ਹੀਦਾਂ ਦੇ ਜੋ ਮਰਜ਼ੀ ਕਰ ਲਏ। ਸਭ ਮਕਤਲ ਲਿਖੇ ਦੀਨ ਦੇ ਕਾਫੇ ਦਾ ਤਵਾਫ ਸ਼ੁਰੂ ਕੀਤਾ, ਅੱਜ ਜਦੋਂ ਇੱਕ ਪਾਸਾ ਪੂਰੇ ਜਦੋਂ ਦੋਵੇਂ ਪਾਸੇ ਪੂਰੋ ਗਏ, ਮਤ ਮੁੜ ਤਾਂ ਜਦੋਂ ਨਹੀਂ ਰਿਹਾ ਬਾਜੀ, ਜ਼ੁਲਜਨਾ ਬਣ ਗਿਆ,
ਜਿਸ ਘੋੜੇ ਦੇ ਪਾਰਾ ਮੈਨੂੰ ਉਹਨੂੰ ਜਿਵੇਂ ਜਨਾ ਦੇ ਤੀਰਾਂ ਦੇ ਪਰ ਬਣ ਗਏ ਇਹ ਵਫਾ ਹੈ ਕਈ ਲਈ ਨੇ ਇਸ ਮੁਰਤ ਜੇ ਦੇ ਨਾ ਰੱਖੀ ਇਹ ਪਹਿਲੀ ਵਫਾ ਨਾਸਰੇ ਹੁਸੈਨ ਦੂਜਾ ਮਕਾਮ ਸਾਹਿਬ ਰਿਆਜ਼ੁਲ ਕੁਦਸ ਅਲੇ ਲਿਖੇ ਇਹ ਸ਼ਾਹਿਦ ਹੈ ਕਿਸ ਚੀਜ਼ ਦਾ ਗਰੀਬ ਦੇ ਕਤਲ ਦਾ ਗਵਾਹ ਮਰਦਾ ਹੈ ਇਹ ਦੋ ਮਿਲਣ ਦੁਨੀਆਂ 'ਚ ਤੀਸਰਾ ਮਕਾਮ ਇਸਨੂੰ ਮਿਲ ਸੀ ਮੈਸ਼ਰ ਜ਼ਿੰਮੇਦਾਰੀ ਨਾਲ ਜੁਮਲਾ ਪੈ ਗਿਆ ਮਾਲਿਕ ਇਸ ਮੁਰਤ ਜਿਹ ਨੂੰ ਅਕਸੀ ਉਹ ਮੇਰੇ ਹੁਸੈਨ ਦੀ ਸਵਾਰੀ ਤੂੰ ਮੇਰੇ ਹੁਸੈਨ ਨਾਲ ਕੀਤੀ ਹੈ ਵਫਾ ਅਤੇ ਅੱਜ ਮਾਲਿਕ ਨਜ਼ਰ ਦੇਣਾ ਤੂੰ ਉਮਾ ਅਤੇ ਮੁਸਤਫਾ ਦਾ ਸ਼ਾਫੀ ਹੈ ਜਿਨ ਮਰਜ਼ੀ ਹੈ ਜਨਤ 'ਚ ਲੈ ਜਾ ਇੰਜ ਤਾਜ਼ੀਮ ਨਹੀਂ ਕਰਦੇ ਅਸੀਂ ਪਾਗਲ ਲੋਕ ਨਹੀਂ ਅਸੀਂ ਉਹਦੀ ਤਾਜ਼ੀਮ ਕਰਦੇ ਹਾਂ ਜੇ ਬਤੂਲ ਦੇ ਪੁੱਤਰਾਂ ਦਾ ਹਯਾ ਲਾਨਤ ਯੁੱਧ ਕਰਦੇ ਹਾਂ ਜੇ ਬਤੂਲ ਦੇ ਪੁੱਤਰਾਂ 'ਤੇ ਜ਼ੁਲਮ ਕੀਤਾ ਚਾਚਾ ਜ਼ਖਮੀ ਥੱਤੋ ਹੋਇਆ ਲੱਥਾਂ ਬੈਠੇ ਕੰਧਾਂ ਮਰੀਵਾਂ ਨਾਲ ਲੈ 9 ਲੱਖ ਮਾਰਨ ਨਾਲ ਲੈ ਅੱਲਾਹ ਅਕਬਰ ਕੋਈ ਤਲਵਾਰ ਮਾਰਦੇ ਕੋਈ ਨੇਜ਼ਾ ਮਾਰਦੇ ਕੋਈ ਤੀਰ ਮਾਰਦੇ ਜਿਹਦੇ ਕੋਲ ਜਿਹੜਾ ਹਥਿਆਰ ਹੈ ਬੇਗੈਰਤ ਜ਼ੁਲਮ ਕਰਦੇ ਸਾਹਿਬ ਮੁਕਤਾ ਲਿਖੇ ਜਿਸ ਬੇਗੈਰਤ ਨੂੰ ਕੁਝ ਨਹੀਂ ਨਾ ਲੱਭਦਾ ਕਰਬਲਾ ਦੀ ਗਰਮ ਰੇਤ ਗਰੀਬ ਨੌ ਕਾਤੇ ਬਦਲੇ ਵਹਿੰਦਿਆਂ ਵੱਲ ਆਉਂਦੇ ਹਨ ਵਹਿੰਦਿਆਂ ਵੱਲ ਆਉਂਦੇ ਹਨ ਬੇਗੈਰਤ ਦਿਨ ਦਾ ਰੇਹਾ ਕੋਈ ਨਹੀਂ ਮਰਿੰਦੇ ਕਿਉਂ ਨਹੀਂ ਗੀ ਕਮੀਨੇ ਆਦਨ ਮੰਨ ਕੇ ਵੇਖ ਤਸਰੀ ਅਜੀਬ ਮੰਜ਼ਰ ਬਗੈਰਾ ਤੋਂ ਦੇਖੀ ਮੰਜ਼ਰ ਕਮੀਨੇ ਦੇ ਕੇ ਆਦਨ ਹੁਸੈਨ ਨੂੰ ਮਿੰਨੀ ਵਾਦਾ ਮਿਨਾਲ ਹੁਸੈਨ ਦੀ ਤਫਸੀਰ ਬਣਿਆ ਵਿੱਚ ਕਮੀਨੇ ਆਦਨ ਕੀਆਂ ਗੱਲਾਂ ਕਰਦੇ ਬਗੈਰਾ ਦੇ ਕੇ ਆਦਨ ਉਮਰ ਸਾਹ ਦਿਨ ਕੀ ਪਤੇ ਅਸਾਂ ਵਹਿੰਦੇ ਹਾਂ ਧੜ ਹੁਸੈਨ ਦੇ ਸਾਰ ਹੁਸੈਨ ਦੇ ਨਹੀਂ ਬਗੈਰਾ ਤੋਂ ਦੇਖੀ ਸਾਰ ਕਹਿੰਦੇ ਕਮੀਨੇ ਦੇ ਕੇ ਆਦਨ ਸਾਰ ਨਬੀ ਦੇ ਅੱਲਾ ਦੇ ਨਬੀ ਦੇ ਕੇ ਦਿਨ ਹਯਾ ਨਹੀਂ ਆਉਂਦਾ ਮੇਰਾ ਕਲਮਾ ਪੜ੍ਹ ਕੇ ਮੈਨੂੰ ਕਤਲ ਕਰਦੇ ਹੋ ਮੈਨਾਂ ਗੁਨਹਗਾਰ ਅੱਖਾਂ ਨਾਲ ਬਾਬਾ ਜੀ ਪੜ੍ਹੇ ਇਹ ਬੇਗੈਰਤ ਆਪ ਹੀ ਗਏ ਇਹਦੀ ਜੁਰਅਤ ਨਹੀਂ ਪੀ ਜੋ ਜ਼ਹਰਾ ਦੇ ਚੋਂ ਵੱਲ ਸ਼ਿਮਰ ਨੂੰ ਬੁਲਾ ਕੇ ਦੇ ਹੁਣ ਇਹ ਕੰਮ ਕਰ ਇੱਕ ਮਹੀਨਾ ਆਪਣੇ ਖੇਮੇ 'ਚ ਬਸ ਇੱਕ ਮਿੰਟ ਤੋਂ ਬਾਅਦ ਵੈਂਕ ਕਰਨ ਲੱਗਾ ਮੁਕਾਣੋ ਕੀ ਬੰਦੇ ਸਿੱਧੀ ਬਾਬਾ ਜੀ ਇਹ ਆਪਣੇ ਖੇਮੇ 'ਚ ਆਏ ਮੈਂ ਉਮਟੀਆਂ ਦੀ ਤਰ੍ਹਾਂ ਸਿਗਰ ਬੈਠੂ ਮਾਧਮੀਆਂ ਦਾ ਨੌਕਰਾਂ ਜ਼ਿੰਦਗੀ 'ਚ ਭੁੱਲ ਕੇ ਸ਼ਰਾਬ ਨਾ ਪਿਆਏ ਇਸ ਲਈ ਦੀਦੀ ਦਾ ਬੜਾ ਨੁਕਸਾਨ ਕੀਤਾ ਨੇ ਇਸ ਕਮੀ ਨੇ ਰੱਜ ਕੇ ਸ਼ਰਾਬ ਪੀਤੀ ਖੋਲੀ ਦੇ ਕੇ ਆਦੇ ਬਗੈਰਤ ਅੱਜ ਮਾਮੂਲ ਤੋਂ ਵੱਧ ਕਿਉਂ ਪੀਂਦੇ ਕਮੀ ਨਾ ਆਦੇ ਤੈਨੂੰ ਪਤਾ ਨਹੀਂ ਮੈਂ ਕਰਨ ਕੀ ਲਗਾ ਮੈਂ ਇਸ ਬਗੈਰਤ ਇੱਕ ਹੱਥ 'ਚ ਖੰਜਰ ਚਾਹੇ ਜਦੋਂ ਕਮੀ ਨਾ ਤੁਰੇ ਜਦੋਂ ਦੀ ਟੁਰਦੀ ਟੁਰਦੀ ਫੁੱਫੀ ਦੇ ਕੋਲ ਆਈ ਫੁੱਫੀ ਅੰਮਾ ਮੈਂ ਇਜਾਜ਼ਤ ਦੇ ਮੈਂ ਬਾਬੇ ਨੂੰ ਮਿਲਣ ਮੈਂ ਵੀ ਅਲੀ ਬਿਧੀਆ ਦੀ ਮੈਂ ਸੁਮਨ ਘੋੜੇ ਨਾਲ ਘੋੜੇ ਸੁਮ ਨਾਲ ਸੁਮੇ ਕਿਵੇਂ ਵੈਸੇ ਰੋ ਕੇ ਆ ਗਈ ਅੰਮਾ ਜਿਹੜੀਆਂ ਗਈਆਂ ਪਿਵਾਂ ਨੂੰ ਮਿਲਣ ਜਾਵੇ ਨੂੰ ਔਖੀਆਂ ਨਹੀਂ ਹੋ ਤੇ ਮੈਂ ਤੇ ਕਿਉਂ ਹੈ ਰੋ ਕੇ ਆ ਦੇਣ ਅੰਮਾ ਜਿਹੜੀ ਰਾਤ ਗੁਜ਼ਰੀ ਨਾ ਤੁਸਾਂ ਭੈਣ ਤੋਂ ਫਿਰਾ ਇਕੱਠੇ ਖੈਮੇ ਜਾਵੇ ਮੇਰਾ ਬਾਬਾ ਗੱਲਾਂ ਫੇ ਕਰਦਾ ਈ ਮੱਕੇ ਦੇ ਸ਼ਹਿਰ ਆਈ ਕਾਫਰਾਂ ਸਾਡੇ ਨਾਨੇ ਤੇ ਹਮਲਾ ਕੀਤਾ ਮੇਰੀ ਦਾਦੀ ਦਾ ਜ਼ਹਿਰੀ ਬਚਪਨ ਆਏ ਵੀ ਬੁਰਕਾ ਪਾ ਕੇ ਬਾਹਰ ਆਇਆ ਕਾਫਰਾਂ ਦੇ ਅੰਨ ਛੱਡ ਦੇ ਹੋ ਯਾਰ ਦੇ ਆ ਗਈ ਅਜਾਦਾਰ ਮਸੂਮਾ ਦੀ ਗੱਲ ਮੁੱਕੀ ਹੈ ਮੇਰੀ ਸਹਿਣ ਗੱਲ ਆਏ ਤੇ ਮੂੰਹ ਚੁੰਮ ਕੇ ਆ ਦੇਣ ਮੇਰੀ ਧੀ ਉਹ ਕਾਫਰ ਹੈ ਨੇ ਮੁਸਲਮਾਨ ਹੈ ਮੈਂ ਬਾਬੇ ਨੂੰ ਮਿਲਣ ਰਹਿੰਦੇ ਦਾਦਾਰੋਂ ਮਿਲੀ ਇਜਾਜ਼ਤ ਹੁਸੈਨ ਦੀ ਤੁਰ ਗਈ ਚਾਚਾ ਘੋੜਿਆਂ ਨੇ ਸੁਮਾ ਨਾਲ ਰਾਹ ਬਣਨ ਤੇਰੋ ਰੋ ਕਿਆ ਦੀ ਵਦੀ ਹੈ ਮੈਂ ਰਾਹ ਦੇ ਸੁਝਾ ਤਾ ਨਹੀਂ ਤਨਾਨੇ ਦੀ ਉਮਾਤ ਬੀਬੀਆਂ ਦੀ ਤੂੰ ਸੱਤ ਜਾਣਦੇ ਹੋ ਨਾ ਮੁਹੰਮਦ ਦੀ ਨਵਾਸੀਆਂ ਘੋੜਿਆਂ ਰਸਤਾ ਦਿੱਤਾ ਇੱਕ ਦੀ ਬਲ ਥੀ ਹੈ ਦੂਜੇ ਟਿੱਬੇ ਤੇ ਆਈ ਚੁੱਕੜਾ ਲਿਆ ਲਿਆ ਇੱਕ ਫੇਰ ਦੀ ਨਜ਼ਰ ਆਇਆ ਕੰਡ ਕਰਕੇ ਖੜ ਗਈ ਦੇਖਿਆ
ਮਾਤੂਕੇ ਦਿਨ ਹੀ ਹੈ ਰੋਕਿਆ ਦੀ ਹੈ ਜਿਨ ਨੌ ਲੱਖ ਮਾਰ ਨਾ ਲੈ ਜਿਹੜਾ ਕੱਲਾ ਮਰੀ ਮਰਨ ਸਾਲਾ ਦੁਨੀਆਂ ਦੇ ਕਹੇਗਾ ਵਿੱਚ ਨਾ ਰੋਵੇ ਅਲੀ ਦੀਆਂ ਦੀਆਂ ਰਾਜ਼ੀਓ ਨੇ ਅੱਲਾ ਤਾਰਾ ਜਦਾ ਹੁਸੈਨ ਦਾ ਨਾਮ ਆਇਆ ਕਮੀਨਾ ਘੋੜੇ ਦੀ ਨੀਂਦ ਤੋਂ ਲੱਠਾ ਮੈਂ ਉਮਦੀਆਂ ਮੈਂ ਇਸ਼ਾਰਾ ਕਰ ਸਕਾਂ ਸਮਝ ਵਿੱਚ ਸੋ ਅੱਲਾ ਤਾਰਾ ਇਸ ਕਮੀਨੇ ਕੇ ਰੰਗ ਚ ਅੱਜ ਦੇ ਰਿਸਾਲਾ ਦਿੱਤਾ ਹੁਸੈਨ ਦੀ ਨੀਂਦ ਜ਼ਮੀਨ ਤੇ ਜੜੀ ਹੈ ਨਿਕਲ ਨਿਕੇ ਹੱਥ ਜੁੜ ਗਏ ਨੇ ਰੋ ਕਿਆ ਦਰ ਕਮੀਨਾ ਜਿਹੜਾ ਦੇ ਲਈ ਹੁਣ ਦੱਸ ਮੈਂ ਤਾਂ ਬਾਬਾ ਕਿੱਥੇ ਲੇਕਿਨ ਗਰੀਬ ਤੀਰ ਲੱਗ ਲਵਾਨ ਸ਼ਾਲਾ ਦੀਆਂ ਦੇ ਮੁੜ ਕੇ ਸਲਾਮਤ ਰਹੇ ਅਜਾ ਤਾਰਾ ਮੇਰੀ ਸੈਨ ਖੋਲਾ ਖੋਲਾ ਕਿਆ ਵੀ ਆਈ ਪੁੱਤਰਾ ਦੀ ਮਾਂ ਦਾ ਮੁੱਖ ਆਇਆ ਧੀ ਮਿਲਾ ਲਈ ਅਜਾ ਤਾਰਾ ਗਰੀਬ ਭਾਈ ਵਧਾਈਆਂ ਨਾ ਦੇ ਕਿਆ ਤਰ ਵਿੱਚ ਮਿਲਾ ਆ ਮੇਰੀ ਧੀ ਮੈਂ ਗੱਲਾ ਇੱਥੀ ਧਰਤੀ ਤੇ ਮੈਂ ਕਰਾਂ ਨਾ ਲੈ ਇਤਨਾ ਦੇ ਸਫਰ ਕਰ ਆਈ ਆਈ ਸਵਾਲ ਕਰੋ ਪਿਓ ਨੂੰ ਮਿਲੀ ਆਈ ਨਾ ਕੋਈ ਨਾ ਅਜਾ ਤਾਰਾ ਪਿਓ ਕਦਮ ਕੇ ਜਾ ਕੇ ਮੇਰੀ ਸੈਨ ਪਿੱਛੇ ਰੋ ਗਿਆ ਤੇ ਮੇਰੇ ਮਾਲਾ ਫਰਮੈਂਦਰ ਮੇਰੀ ਧੀ ਮੈਂ ਮਿਲਦੀ ਕਿਉਂ ਨਹੀਂ ਰੋ ਗਿਆ ਦੀ ਆਈ ਬਾਬਾ ਤੀਰਾ ਦੀ ਅੱਖਾਂ ਦੀ ਲੁਪੀ ਬਾਬਾ ਮੇਰੇ ਹੱਥ ਛੋਟੇ ਸਈਆ ਦਾਦਨ ਲਾ ਦਾ ਰੋਗਵਾਨ ਮੈਂ ਰਾਹ ਬਣੇ ਨਾ ਜਿਤਨੇ ਸਈਆ ਮੈਂ ਤੇ ਮਾਫੀ ਦੀ ਹੈ ਅਜਾ ਦਾਰਾ ਮੇਰੇ ਮਾਲਾ ਇੱਕ ਤੀਰ ਕਿਧਰੇ ਬਾਬਾ ਜੀ ਕੱਲਾ ਤੀਰ ਨਹੀਂ ਨਿਕਲਾ ਕੋਈ ਹੋਰ ਨੁਕਸਾਨ ਹੈ ਗਰੀਬ ਦੂਜਾ ਤੀਰ ਕਿਧਰੇ ਸਲਾਮਤ ਰਹੇ ਇਹ ਰੋਣਾ ਕਰ ਜਿਵੇਂ ਜਨਾਜ਼ੇ ਤੇ ਮੁੰਡੀ ਮਾਰ ਰਹੀ ਰੋ ਕਿਆ ਦੀ ਬਾਬਾ ਹੁਣ ਤਕਲੀਫ ਨਾ ਦੇ ਮੈਂ ਵਾਪਸ ਵਾਲ ਵੇਦੀ ਅਜਾ ਦਾਰਾ ਧੀ ਕਰੀ ਬਾਈ ਮੇਰੀ ਸੈਰ ਤੇ ਦੀ ਝੋਲੀ ਚ ਬਹਿ ਗਏ ਅਜ ਰਾਜ ਕੇ ਪਿਓ ਤਾਂ ਧੀ ਗੱਲਾਂ ਨਾ ਰੱਖੀ ਦੀਆ ਜਾਂ ਕਰ ਪਿਛੋ ਬੇਗੈਰਤ ਹੈ ਬੇਗੈਰਤ ਆ ਕੇ ਪਿਆ ਪੁੱਛਦਾ ਹੁਸੈਨ ਝੋਲੀ ਚ ਬਹਿਣ ਵਾਲੀ ਕੌਣ ਹੈ ਸਈਆ ਦਾਦਾ ਮੈਂ ਗਰੀਬ ਦੀ ਧੀ ਹੈ ਹੁਸੈਨ ਤੂੰ ਠਹਿਰਦਾ ਸਈ ਰੋਕਿਆ ਮੇਰੀ ਧੀ ਸਲਾਮਤ ਰੱਖੇ ਅਜਾ ਤਾਰਾ ਮੇਰੇ ਮਾਂ ਬਾਪਾ ਦਾ ਲੜ ਮਾਰੇ ਰੋ ਕਿਆ ਤੇਰਾ ਮਾਂ ਫਿਜ਼ਾ ਮੇਰੀ ਧੀ ਰੱਖੇ ਪਹਿਲੇ ਵਾਰ ਅਜਾ ਤਾਰਾ ਜਨਾਬੇ ਫਿਜ਼ਾ ਕੋ ਲੈ ਮਾਸੂਮਾਂ ਨੂੰ ਇੰਜ ਕਰ ਬਚਾਏ ਅਜਾ ਤਾਰਾ ਮਾਸੂਮਾਂ ਦੀ ਗੱਲ ਖਿਆਮ ਬਣਾਈ ਜਿਹੜਾ ਬਾਬੇ ਦਵਾਈ ਗਰੀਬ ਸਜਦੇ ਸਰ ਰੱਖਿਆ ਬੇਗੈਰਤ ਪਹਿਲੀ ਜਰਾ ਮਾਰੀ ਰੋ ਕਿਆ ਦੀ ਆਈ ਹਾਏ ਤੇਰਾ ਮਜਲੂਮ ਬਾਬਾ ਕਮੀ ਨੇ ਦੂਜੀ ਜਰਾ ਮਾਰੀ ਰੋ ਕਿਆ ਦੀ ਹਾਏ ਸ਼ਬੀ ਆ ਗਈ ਮੇਰੇ ਮੌਲਾ ਦੀ ਸ਼ਬੀ ਆ ਗਈ ਹੇ ਮਹਿਰ ਕਰਾ ਰਾਤ ਤੈਨੂੰ ਬਿਸਤਰ
تیار ہے تیری آئے نکل جائے غریب دھی دی آواز سنے میرے امام سجدے تو سر چا ایک واری دھی دے اٹھ ہے وقت کمینے دے اٹھ ہے اکھ نہیں کوئی ساون دے بدل ہے تے رو رو کے دعائیں میں نے دھی دے شام بڑے قتل نہ کر تے کر خود تے شرام آیا میں حسین
ਦੱਸਦੇ